जग में वेद वेद मनी ज इन में और गम कुछ और कहो कवन पर की ज टेक पौजल व्याद असाद पर बलत ਵਰਮ ਪੰਥ ਨ ਗਹੀ ਜੈ ਪੜੇ ਸੁਣੇ ਕੁਛ ਸਮਝ ਨ ਪਰਈ ਅਨਪੈ ਪਦਨ ਲਹੀ ਜੈ ਚਖ ਬਿਹੂਨ ਕਤਾਰ ਜਲਤ ਹੈ ਤੈਨੂੰ ਅੰਸ ਪੱਜਦੀ ਜੈ ਕਹਿਰਵ ਦਾਸ ਬਮੇਕ ਤਤ ਬਿਨ ਸਭ ਮਿਲ ਗਰਤ ਪਰੀ ਜੈ ਤਨ ਤਨ ਜਗਤ ਗੁਰੂ ਸਤਗੁਰੂ ਰਵਿਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਪ੍ਰਭੂ ਦੇ ਸਿਮਰਨ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਜਿਸ ਸਿਮਰਨ ਦੇ ਕਰਨ ਨਾਲ ਜੀਵ ਦਾ ਪਾਰਉਤਾਰਾ ਹੋ ਜਾਂਦਾ ਹੈ ਜਗ ਮੇ ਬੇਦ ਬੈਦ ਮਨੀ ਜੈ ਇਨ ਮੇ ਅਬਰ ਗਮ ਕੁਛ ਔਰੇ ਕਹੋ ਕਵਨ ਪਰ ਕੀ ਜੈ ਟੇਕ ਜਗ ਮੇ ਵੇਦ ਵੈਦ ਮਨੀਜੈ ਇਨ ਮੇ ਅਵਰ ਅਗਮ ਕੁਛ ਔਰੇ ਕਹੋ ਕਵਨ ਪਰ ਕੀ ਜੈ ਸਤਗੁਰ ਜੀ ਫਰਮਾਉਂਦੇ ਨੇ ਪਰਮਾਤਮਾ ਨੂੰ ਭੁੱਲ ਕੇ ਸੰਸਾਰੀ ਜੀਵ ਵੇਦਾਂ ਨੂੰ ਪਾਪਾਂ ਦੀ ਨਿਵਰਤੀ ਦਾ ਵੈਦ ਮੰਨਦੇ ਹਨ ਪਰ ਇਹਨਾਂ ਵੇਦਾਂ ਸ਼ਾਸਤਰਾਂ ਵਿੱਚ ਕੁਝ ਹੋਰ ਹੈ ਔਰ ਪਰਮਾਤਮਾ ਦੀ ਜੋ ਅਗਮ ਗਮ ਤੋਂ ਰਹਿਤ ਮਹਿਮਾ ਹੈ ਉਹ ਕੁਝ ਹੋਰ ਹੈ ਕਿਸ ਉੱਪਰ ਵਿਸ਼ਵਾਸ ਕੀਤਾ ਜਾਵੇ ਕਿਉਂਕਿ ਜੋ ਪਰਮਾਤਮਾ ਦਾ ਨਾਮ ਹੈ ਉਹੀ ਕੇਵਲ ਸੰਸਾਰ ਦੇ ਭਵਸਾਗਰ ਤੋਂ ਪਾਰ ਕਰਨ ਦਾ ਸ੍ਰੇਸ਼ਟ ਮਾਰਗ ਹੈ ਪੌਜਲ ਬਿਆਦ ਅਸਾਦ ਪ੍ਰਬਲ ਅੰਤ ਪਰਮ ਪੰਥਨਾ ਗਹੀ ਜੈ ਪੜੇ ਸੁਣੇ ਕੁਛ ਸਮਝ ਨ ਪਰਈ ਅਨਪੈ ਪਦਨਾ ਲਹੀ ਜੈ ਪੌਜਲ ਵਿਆਦ ਅਸਾਦ ਪ੍ਰਬਲ ਅਤ ਪਰਮ ਪੰਥਨਾ ਗਹੀ ਜੈ ਸੰਸਾਰੂਪੀ ਭਵ ਸਾਗਰ 나 ਸਾਦੇ ਜਾਣ ਵਾਲੇ ਸ਼ਕਤੀਬਾਨ ਹੈ ਵਿਚਾਰਾਂ ਨਾਲ ਭਰਿਆ ਹੋਇਆ ਹੈ ਪਰ ਇਹ ਜੀਵ ਇਹਨਾਂ ਵਿਚਾਰਾਂ ਵਿੱਚ ਫਸਿਆ ਹੋਇਆ ਹੈ ਇਸ ਕਰਕੇ ਜੀ ਪ੍ਰਭੂ ਦੇ ਸ੍ਰੇਸ਼ਟ ਪੰਥ ਰੂਪੀ ਰਸਤੇ 'ਤੇ ਨਹੀਂ ਚੱਲਦਾ ਭਾਵ ਜੀ ਪ੍ਰਭੂ ਦਾ ਸਿਮਰਨ ਨਹੀਂ ਕਰਦਾ ਪੜੇ ਸੁਨੇ ਕਿ ਸਮਝ ਨਾ ਪਰਈ ਅਨਪੈ ਪਦਨਾ ਗਹੀਜੈ ਪ੍ਰਭੂ ਦੇ ਸੱਚੇ ਪ੍ਰੇਮ ਤੋਂ ਬਿਨਾ ਕੇਵਲ ਧਾਰਮਿਕ ਪੁਸਤਕਾਂ ਪੜਨ ਨਾਲ ਸੁਣਨ ਨਾਲ ਇਸ ਜੀਵ ਨੂੰ ਕੋਈ ਸਮਝ ਨਹੀਂ ਪੈਂਦੀ ਔਰ ਇਸ ਜੀਵ ਨੂੰ ਪਰਮਾਤਮਾ ਦੇ ਅਨਭਵ ਰੂਪੀ ਪਰਮ ਪਦ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਕਰਕੇ ਇਹ ਜੀਵ ਦੁਖੀ ਹੁੰਦਾ ਹੈ ਚੱਕ ਬਿਹੋਂ ਨਿਕ ਤਾਰ ਚਲਤ ਹੈ ਤਨ ਹੋ ਅੰਸ ਪਜ ਦੀ ਜੈ ਕਹਿ ਰਵ ਦਾਸ ਬਮੇਕ ਤਤ ਬਿਨ ਸਭ ਮਿਲ ਗਰਤ ਪਰੀ ਜੈ ਚੱਖਿ ਬਿਹੁਨ ਕਤਾਰ ਚਲਤ ਹੈ ਇਨਹੂ ਅੰਸ ਪੁਜ ਦੀ ਜੈ ਗਿਆਰੂਪੀ ਅੱਖਾਂ ਤੋਂ ਹੀਣਾ ਜੀਵ ਕੋ ਮਾਰਗ ਤੇ ਚਲਦਾ ਹੈ ਔਰ ਪਰਮਾਤਮਾ ਤੋਂ ਬਿਨਾ ਅੰਸ ਸਮੇ ਜੀਵ ਦਾ ਹੋਰ ਕੋਈ ਸਹਾਇਕ ਨਹੀਂ ਬਣਦਾ ਕਹਿ ਰਵਿਦਾਸ ਬਿਮਲ ਤਤ ਬਿਨ ਸਭ ਮਿਲ ਘਰਕ ਭਰੀ ਜਾਏ ਸਤਿਗੁਰ ਵਿਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਪਰਮਾਤਮਾ ਦੇ ਨਾਮ ਰੂਪੀ ਪਰਮ ਤਤ ਨੂੰ ਜਾਣੇ ਤੋਂ ਬਿਨਾ ਸੰਸਾਰ ਦੇ ਸਾਰੇ ਜੀਵ ਨਰਕਾਂ ਵਿੱਚ ਜਾਂਦੇ ਹਨ ਔਰ ਦੁਖੀ ਹੁੰਦੇ ਹਨ ਜਿਨ੍ਹਾਂ ਜੀਵਾਂ ਨੂੰ ਸ੍ਰੇਸ਼ਟ ਮਤ ਮਿਲ ਜਾਂਦੀ ਹੈ ਉਹੀ ਪਰਮਾਤਮਾ ਦੇ ਨਾਮ ਰੂਪੀ ਤਤ ਨੂੰ ਪ੍ਰਾਪਤ ਕਰਕੇ ਇਸ ਮੌਲਕ ਜਨਮ ਨੂੰ ਸਫਲ ਕਰ ਲੈਂਦੇ ਹਨ ਜੈ ਗੁਰਦੇਵ